ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਧਰਮ ਦੇ ਸਾਂਝੇ ਰਹਿਬਰ, ਸਿੱਖ ਕੌਮ ਦੇ ਮੋਢੀ, ਪਾਤਸ਼ਾਹੀ ਪਹਿਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਰਮਤਾ ਕੀਤੀ ਗਈ, ਜੋ ਕਿ ਨੰਗਲ ਤੋਂ ਹੁੰਦਾ ਹੋਇਆ ਬਰਮਲੇ ਵਿਖੇ ਗੁਰਦੁਆਰਾ ਬੋਲੀ ਸਾਹਿਬ ਵਿਖੇ ਸਮਾਪਤ ਹੋਵੇਗਾ। ਰਸਤੇ ਵਿੱਚ ਸੰਗਤਾਂ ਵੱਲੋਂ ਬੇਹੱਦ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ, ਲੰਗਰ ਲਾਏ ਗਏ ਹਨ। ਮੈਂ ਜਿੱਥੇ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਉਹਦੇ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਜੋ ਮੁੱਢਲੇ ਸਿਧਾਂਤ ਸੰਗਤਾਂ ਨੂੰ ਬਖਸ਼ੇ ਗਏ ਹਨ, ਜਿਵੇਂ ਕਿ ਸਰਬ ਧਰਮ ਦਾ ਸਨਮਾਨ ਕਰਨਾ ਹੈ, ਸਰਬ ਧਰਮ ਦੇ ਸਾਂਝੇ ਰਹਿਬਰ ਦੇ ਹੁੰਦਿਆਂ ਹੋਇਆਂ ਸਤਿਗੁਰਾਂ ਦੇ ਵੱਲੋਂ ਜੋ ਸਿਧਾਂਤ ਬਖਸ਼ੇ ਗਏ ਹਨ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਉੱਚਿਆ ਕੌਣ ਭਲੇ ਕੋ ਮੰਦੇ, ਅਤੇ ਉਸ ਤੋਂ ਇਲਾਵਾ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪਦਾ ਜੋ ਉਪਦੇਸ਼ ਸੰਗਤਾਂ ਨੂੰ ਦਿੱਤਾ ਗਿਆ ਹੈ ਉਸ ਦੀ ਪਾਲਣਾ ਕਰੀਏ। ਉਸ ਦੇ ਨਾਲ ਨਾਲ ਹੀ ਜੋ ਗੁਰੂ ਨਾਨਕ ਦੇਵ ਜੀ ਵੱਲੋਂ ਮੁੱਢਲਾ ਸਿਧਾਂਤ ਦਿੱਤਾ ਗਿਆ ਕਿ ਜੋ ਸੋ ਕੇ ਮੰਦਾ ਆਖੀਏ ਜਿਤ ਜੰਮੇ ਰਜਾਨ ਭਾਵ, ਔਰਤਾਂ ਅਤੇ ਮਰਦ ਦਾ ਜੋ ਬਰਾਬਰ ਦੀ ਸਨਮਾਨਤਾ ਉਹਨਾਂ ਨੂੰ ਦਿੱਤੀ ਗਈ ਸੀ, ਉਸਦੀ ਆਪਾਂ ਪਾਲਣਾ ਕਰੀਏ ਅਤੇ ਸਰਬ ਧਰਮ ਦੇ ਜੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਘਾਟ ਸਾਹਿਬ ਤੋਂ ਗੁਰੂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਗਰ ਕੀਰਤਨ ਸਜਾਇਆ ਗਿਆ ਹੈ, ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਬੜੀ ਹੀ ਸੰਗਤਾਂ 'ਚ ਜੋਸ਼ ਹੈ। ਇਹ ਹਰ ਸਾਲ 24 ਨਵੰਬਰ ਅਤੇ 25 ਨਵੰਬਰ ਨੂੰ ਮਨਾਇਆ ਜਾਂਦਾ ਹੈ ਨਗਰ ਕੀਰਤਨ। 25 ਨਵੰਬਰ ਘਾਟ ਸਾਹਿਬ ਪੁਰਾਣਾ ਗੁਰਦੁਆਰਾ ਤੋਂ ਲੈ ਕੇ ਸਾਰਾ ਅੱਡਾ ਮਾਘੀ, ਮੇਨ ਮਾਘੀ ਸਾਰੇ ਹੀ ਬਾਜ਼ਾਰਾਂ 'ਚੋਂ ਨਿਕਲ ਕੇ ਘਾਟ ਸਾਹਿਬ ਆ ਕੇ ਸਮਾਪਤੀ ਹੁੰਦੀ ਹੈ। ਇਹ ਜਿਹੜਾ ਬਹੁਤ ਹੀ ਵਧੀਆ ਉਪਰਾਲਾ ਹੈ, ਅੱਜ ਜਿਹੜਾ ਘਾਟ ਸਾਹਿਬ ਤੋਂ ਗੁਰਪੁਰਬ ਨਿਕਲਿਆ ਹੈ ਨਗਰ ਕੀਰਤਨ, ਅਤੇ ਬ੍ਰਹਮਲਾ ਬੋਲੀ ਸਾਹਿਬ ਜਾ ਕੇ ਸਮਾਪਤੀ ਹੋਣੀ ਹੈ, ਔਰ ਸਾਰੇ ਹਰ ਜਗ੍ਹਾ 'ਤੇ ਪ੍ਰਸ਼ਾਦ ਲਗਾਇਆ ਗਿਆ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਨਸ਼ਾ ਤੋਂ ਮੁਕਤ ਹੋਵੋ, ਇਹ ਚੰਗੇ ਕੰਮਾਂ ਵੱਲ ਲੱਗੋ, ਅਤੇ ਸਾਰੇ ਸਮਾਜ ਨੂੰ ਇਹੀ ਬੇਨਤੀ ਹੈ ਕਿ ਹਰ ਬੰਦਾ ਗੁਰੂ ਮਹਾਰਾਜ ਦੇ ਪ੍ਰਤਾਪ ਨਾਲ ਚੜ੍ਹਦੀ ਕਲਾ 'ਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਜਾ ਰਿਹਾ। ਇਸੇ ਉਪਲਕਸ਼ ਦੇ ਵਿੱਚ ਗੁਰਦੁਆਰਾ ਬੌੜੀ ਸਾਹਿਬ ਬਰਮਲਾ ਵਾਰਡ ਨੰਬਰ 1 ਦੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਹਰ ਸਾਲ ਇਹਨੂੰ ਮਨਾਉਂਦੀਆਂ ਹੈ। ਸਾਡੇ